ਹੁਣ ਤੁਸੀਂ ਕਿਲ੍ਹਾ ਆਨੰਦਗੜ੍ਹ ਦੇ ਦਰਸ਼ਨ ਕਰ ਰਹੇ ਹੋ। ਇਹ ਬੋਲੀ ਗੁਰੂ ਜੀ ਦੇ ਸਮੇਂ ਬਣਾਈ ਗਈ ਸੀ ਜੋ ਕਿ ਕਿਲ੍ਹੇ ਦੇ ਬਿਲਕੁਲ ਨਜ਼ਦੀਕ ਹੈ। ਹੁਣ ਤੁਸੀਂ ਕਿਲ੍ਹੇ ਦੇ ਅੰਦਰ ਦਰਸ਼ਨ ਕਰ ਰਹੇ ਹੋ। ਇਹ ਜੋ ਥੜਾ ਹੈ, ਇਸ ਜਗ੍ਹਾ ਤੋਂ ਗੁਰੂ ਜੀ ਨੇ ਆਖਰੀ ਵਕਤ ਇਸ ਕਿਲ੍ਹੇ ਨੂੰ ਛੱਡਿਆ ਸੀ। ਕਿਲ੍ਹੇ ਦੇ ਉੱਪਰੋਂ ਦੂਰ ਤਾਈਂ ਦਿਖਾਈ ਦਿੰਦਾ ਹੈ ਔਰ ਸਿੰਘ ਇੱਥੋਂ ਹੀ ਅਨੰਦਪੁਰ ਸਾਹਿਬ ਦੀ ਰੱਖਿਆ ਲਈ ਦੁਸ਼ਮਣ ਦੀਆਂ ਚਾਲਾਂ ਨੂੰ ਦੂਰੋਂ ਤੱਕ ਦੇਖ ਸਕਦੇ ਸਨ। ਇਹ ਕਿਲ੍ਹਾ ਉਹਨਾਂ ਪੰਜਾਂ ਕਿਲ੍ਹਿਆਂ ਵਿੱਚੋਂ ਇੱਕ ਹੈ ਜੋ ਗੁਰੂ ਮਹਾਰਾਜ ਨੇ 1858 ਤੋਂ ਲੈ ਕੇ 1761 ਈਸਵੀ ਤੱਕ ਭੰਗਾਣੀ ਦਾ ਯੁੱਧ ਜਿੱਤਣ ਉਪਰੰਤ ਅਨੰਦਪੁਰ ਸਾਹਿਬ ਵਿੱਚ ਬਣਾਏ। ਤੁਸੀਂ ਤਖ਼ਤ ਸ੍ਰੀ ਕੇਸਗੜ੍ਹ ਜੀ ਦੇ ਦਰਸ਼ਨ ਕਰ ਰਹੇ ਹੋ। ਇਹ ਖਾਲਸੇ ਜੀ ਦਾ ਜਨਮ ਅਸਥਾਨ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 30 ਮਾਰਚ 1699 ਈਸਵੀ ਨੂੰ ਇੱਥੇ ਹੀ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ। ਇਸ ਜਗ੍ਹਾ 'ਤੇ ਗੁਰੂ ਮਹਾਰਾਜ ਜੀ ਦਾ ਖੰਡਾ, ਜਿਸ ਨਾਲ ਖਾਲਸੇ ਦੀ ਸਾਜਨਾ ਕੀਤੀ, ਇੱਕ ਕਮਰ ਕੱਸੇ ਦੀ ਕਟਾਰ, ਇੱਕ ਨਾਗਣੀ ਭਾਈ ਬਚਿੱਤਰ ਸਿੰਘ ਨੇ ਜਿਸ ਨਾਲ ਹਾਥੀ ਦਾ ਮੁਕਾਬਲਾ ਕੀਤਾ ਸੀ, ਦਸਮ ਪਾਤਸ਼ਾਹ ਦਾ ਇੱਕ ਬਰਛਾ, ਇੱਕ ਸੈਫ ਜੋ ਬਾਦਸ਼ਾਹ ਬਹਾਦਰ ਸ਼ਾਹ ਨੇ ਮਹਾਰਾਜ ਨੂੰ ਭੇਂਟ ਕੀਤੀ ਸੀ, ਇੱਕ ਡੱਲੇ ਵਾਲੀ ਬੰਦੂਕ, ਦਾਇਆਨੀ ਬਰਛਾ, ਗੈਂਡੇ ਦੀ ਬਣੀ ਹੋਈ ਢਾਲ, ਸੁਨਹਿਰੀ ਚੱਕਰ ਅਤੇ ਇੱਕ ਸ਼ਮਸ਼ੀਰ ਇਸ ਜਗ੍ਹਾ 'ਤੇ ਸੁਰੱਖਿਅਤ ਹਨ।